ਡਾਕਟਰ ਕਰਨਲ ਸਿੰਘ ਸੋਮਲ ਦੀ ਪੁਸਤਕ ਹੈ ਫੁੱਲਾਂ ਨੇ ਅਜੀ ਖੇੜਨਾ ਨਹੀਂ ਛੱਡਿਆ ਪਹਿਲਾ ਭਾਗ ਜ਼ਿੰਦਗੀ ਉਤਸਵ ਹੈ ਉਤਸ਼ਾਹਦਕਾ ਜੇ ਉਤਸ਼ਾਹ ਹੈ ਤਾਂ ਜ਼ਿੰਦਗੀ ਕੁਤਸਵ ਹੈ ਸਦਾ ਬਸੰਤ ਚਾਓ ਮਤਾ ਬੰਦਾ ਜ਼ਿੰਦਗੀ ਨੂੰ ਇੱਕ ਜਸ਼ਨ ਵਾਂਗ ਜਿਉਂਦਾ ਹੈ ਉਹਨੂੰ ਇਹ ਧਰਤੀ ਇਹ ਜਹਾਨ ਆਕਰਸ਼ਕ ਲੱਗਦੇ ਹਨ ਜ਼ਿੰਦਗੀ ਲਈ ਬੇਔੜਕ ਪਿਆਰ ਹੁੰਦਾ ਉਸ ਵਿੱਚ ਉਹ ਜ਼ਿੰਦਗੀ ਦੇ ਮੇਲੇ ਦਾ ਆਕਰਸ਼ਨ ਹੁੰਦਾ ਹੈ ਵੇੜੇ ਤੇ ਖੇੜੇ ਸੁਖ ਹੋਵੇ ਤਾਂ ਉਹ ਜਨਿਤੀ ਜਾਂਜੀ ਵਾਂਗ ਮਟਕ ਮਟਕ ਕੇ ਤੁਰਦਾ ਹੈ ਜ਼ਿੰਦਗੀ ਦੇ ਨਸ਼ੇ ਨਾਲ ਚੋਰ ਉਹਦੇ ਕਦਮਾਂ ਦੀ ਛੋਹ ਨਾਲ ਚੁਗਿਰਦਾ ਵੀ ਚਾਰ ਨਾਲ ਪਰ ਜਾਂਦਾ ਹੈ ਉਹਨੂੰ ਖੁਸ਼ੀ ਪੈਦਾ ਕਰਨ ਲਈ ਤੇ ਖੁਸ਼ੀ ਦੀ ਲੋਰ ਵਧਾਉਣ ਲਈ ਕੋਈ ਨਸ਼ਾ ਕਰਨ ਦੀ ਕੀ ਲੋੜ ਚਾਓ ਖੁਦ ਖੁਸ਼ੀ ਹੈ ਨਸ਼ਾ ਉਤਸ਼ਾਹ ਮਨ ਦੀ ਉੱਛਲ-ਉੱਛਲ ਪੈੰਦੀ ਸ਼ਕਤੀ ਹੈ ਜੋ ਸਰੀਰਕ ਸਮਰੱਥਾ ਨੂੰ ਵੀ ਚਟਕਾਰੀ ਮਾਰ ਜਗਾਉਂਦੀ ਹੈ ਉਤਸ਼ਾਹੀ ਬੰਦਾ ਆਪਣੇ ਰਾਹ ਤੇ ਢੜਕੀ ਮਾਰ ਵਗ ਤੁਰਦਾ ਹੈ ਪੰਜਾਬ ਚ ਮਰੱਬੇ ਬੰਦੀ ਦੇ ਸਮੇਂ ਹਰ ਪਿੰਡ ਚ ਆਮ ਰੁਚੀ ਉਪਜਾਊ ਪੈਲੀਆਂ ਨੂੰ ਹੱਥ ਪਾਉਣ ਦੀ ਸੀ ਕਈ ਛੋਟੇ ਪਰ ਉਤਸ਼ਾਹੀ ਕਿਸਾਨਾਂ ਨੇ ਹਲਕੀਆਂ ਰੇਤਲੀਆਂ ਡੱਕ ਰੁਚੀਆਂ ਨੀਵੀਆਂ ਜ਼ਮੀਨਾਂ ਨੂੰ ਤਰਜੀਹ ਦੇ ਕੇ ਆਪਣਾ ਰਕਬਾ ਵਧਾ ਲਿਆ ਫਿਰ ਸਿਰਣ ਨਾਲ ਧਰਤੀ ਨੂੰ ਪਧਰਾ ਕੀਤਾ ਖਾਦਾਂ ਪਾਈਆਂ ਖੂਹ ਲਾਏ ਦਿਨਾਂ ਵਿੱਚ ਦੁਆਨੀ ਮੁੱਲਦੀਆਂ ਆਪਣੀਆਂ ਪਹਿਲਾਂ ਪਹਿਲੀਆਂ ਨੂੰ ਰੁਪਈ ਮੁੱਲ ਦੀਆਂ ਉੱਤਮ ਪਹਿਲੀਆਂ ਦੇ ਬਰਾਬਰ ਬਣਾ ਲਿਆ ਜਿਨ੍ਹਾਂ ਵਿੱਚ ਜੋ ਚਾਹੋ ਉਗਾ ਲਓ ਯੂਪੀ ਦੇ ਜੰਗਲ ਵੀ ਪੰਜਾਬੀਆਂ ਨੇ ਇਵੇਂ ਹੀ ਉਪਜਾਊ ਭੂਮੀ 'ਚ ਬਦਲ ਦਿੱਤੇ। ਇਸ ਤੋਂ ਪਹਿਲਾਂ ਬਾਰ ਦੀਆਂ ਬੇਆਬਾਦ ਜ਼ਮੀਨਾਂ ਨੂੰ ਸੋਨਾ ਗੋਆਂਦੀਆਂ ਬਣਾ ਦਿੱਤਾ। ਇੰਗਲੈਂਡ ਦੀ ਗਰੀਬ ਧਰਤੀ ਦੇ ਲੋਕ ਸ਼ਿਕਾਰੀਆ ਵਾਂਗ ਸੰਸਾਰ ਦੇ ਕੋਨੇ-ਕੋਨੇ 'ਚ ਪਹੁੰਚ ਗਏ। ਅਮਰੀਕਾ ਦੇ ਆਬਾਦ ਤੇ ਉન્નਤ ਹੋਣ ਦੀ ਸਾਰੀ ਕਹਾਣੀ ਹਿੰਮਤ ਤੇ ਉਤਸ਼ਾਹ ਦੀ ਕਹਾਣੀ ਹੈ। ਜ਼ਮੀਨਾਂ ਤੇ ਦੇਸ਼ਾਂ ਦੀ ਗੱਲ ਨਹੀਂ, ਅਨੇਕਾਂ ਵਿਅਕਤੀ ਵੀ ਕੋਰ ਗਰੀਬੀ ਤੇ ਪਰਿਵਾਰਕ ਪਛੜੇਵਿਆਂ ਦੇ ਬਾਵਜੂਦ ਉਤਸ਼ਾਹ ਸਦਕਾ ਨਾਮਨਾ ਖੱਟਣ ਵਾਲੇ ਉੱਗੇਪੁਰਖ ਬਣ ਗਏ ਉਤਸ਼ਾਹ ਕਾਇਆ ਕਲਪ ਕਰਨ ਵਾਲੀ ਸ਼ਕਤੀ ਹੈ ਇਹ ਠੰਢਿਆਏ ਜਜ਼ਬਿਆਂ ਨੂੰ ਗਰਮਾ ਦਿੰਦੀ ਹੈ ਜਿਵੇਂ ਗਰਮ ਸਮੁੰਦਰੀ ਰੌਂ ਵਿੱਚ ਅਤ ਠੰਡੇ ਇਲਾਕਿਆਂ ਦੇ ਜਲਵਾਯੂ ਨੂੰ ਖੁਸ਼ਗੁਵਾਰ ਬਣਾ ਦਿੰਦੀ ਹੈ ਉਤਸ਼ਾਹ ਸਦਕਾ ਔਕੜਾਂ ਆਸਾਨ ਹੋ ਜਾਂਦੀਆਂ ਹੈ ਕੋਈ اٹਕ ਦਰਿਆ ਕਿਸੇ ਨੂੰ ਅਟਕਾ ਨਹੀਂ ਸਕਦਾ ਕੁਝ ਕਰਨ ਤੇ ਕੁਝ ਬਣਨ ਲਈ ਉਤਸ਼ਾਹ ਹੀ ਪਹਿਲੀ ਪੂੰਜੀ ਹੈ ਜਿਹਦਾ ਪੱਲੇ ਹੋਣਾ ਲਾਜ਼ਮੀ ਹੈ ਚਾਹ ਤੇ ਉਤਸ਼ਾਹ ਦੀ ਲੋੜ ਮਨੁੱਖ ਨੂੰ ਹਮੇਸ਼ਾ ਰਹੀ ਹੈ ਜੇ ਜਿਉਣ ਦਾ ਮਤਲਬ ਚੜਦੀ ਕਲਾ 'ਚ ਰਹਿਣ ਦਾ ਹੈ ਤਾਂ ਚਾਹ ਤੇ ਉਤਸ਼ਾਹ ਸਾਫ਼ ਹਵਾ ਤੇ ਪਾਣੀ ਜਿੰਨੇ ਹੀ ਜ਼ਰੂਰੀ ਹਨ ਬਚਪਨ ਤੇ ਜਵਾਨੀ 'ਚ ਜੀਵਨ ਸੋਮੇ ਦੇ ਨਜ਼ਦੀਕ ਹੋਣ ਕਰਕੇ ਚਾਹ ਦੀ ਚੜਤ ਹੁੰਦੀ ਹੈ ਪਕੜੂ ਮਰਚ ਜ਼ਿੰਮੇਵਾਰੀਆਂ ਦੀਆਂ ਪੰਡਾਂ ਚੁੱਕਦੇ ਆ ਢੋਂਦੇ ਆ ਇਹ ਚਾਅ ਅਕਸਰ ਮੱਠਾ ਪੈ ਜਾਂਦਾ ਜਿਵੇਂ ਖਾਲ ਦਾ ਪਾਣੀ ਜਿਉਂ-ਜਿਉਂ ਦੂਰ ਜਾਂਦਾ ਤੇ ਉੰਤਿਉਂ ਘਟਦਾ ਤੇ ਖੋਲੀ ਹੁੰਦਾ ਜਾਂਦਾ ਜਦੋਂ ਸਮੇਂ ਕਰੜੇ ਹੁੰਦੇ ਹਨ ਤਾਂ ਬਾਲਪਨ ਤੇ ਜਵਾਨੀ ਵਿੱਚ ਵੀ ਚਾਅ ਮੰਦ ਪੈ ਜਾਂਦਾ ਭਲੇ ਵਕਤਾਂ 'ਚ ਬੁੱਢੇ ਬਾਰੇ ਵੀ ਉਤਸ਼ਾਹ ਉਮਲ-ਉਮਲ ਪੈਂਦਾ ਹੈ ਅਜੋਕੇ ਸਮੇਂ ਕਰੜੇ ਹਨ ਕਿੰਨੇ ਹੀ ਮਨ ਉਦਾਸੀ ਤੇ ਨਿਰਾਸ਼ਤਾ ਨਾਲ ਭਰੇ ਹਨ ਅਵੈੜ ਰੁਚੀਆਂ ਕੁੰਠਤ ਵਿਹਾਰ ਤੇ ਨਸ਼ਿਆਂ ਤੇ ਵੱਦੀ ਟੇਕੇ ਦੇ ਸੰਕੇਤ ਹਨ ਕਈਆਂ ਨੂੰ ਜਿਉਣਾ ਬੇਮਤਲਬ ਜਾਪਦਾ ਹੈ ਟੁੱਟਿਆ ਲੱਕ ਕਸੀਟਣਾ ਕਿੰਨਾ ਔਖਾ ਹੁੰਦਾ ਹੈ ਠੰਢੀ ਕਲਾ ਪ੍ਰਦੂਸ਼ਣ ਦੇ ਨਿਆਈ ਹੁੰਦੀ ਹੈ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ ਮਨ ਦੀਆਂ ਨਿਵਾਣਾ ਨਿਰੇ ਖਾਰੇ ਸਮੁੰਦਰ ਹੁੰਦੀਆਂ ਹਨ ਇਹਨਾਂ ਦਾ ਕੋਈ ਹੱਦ ਬੰਨਾ ਨਹੀਂ ਹੁੰਦਾ ਆਤਮਕਾਤੀ ਮਾਨਸਿਕਤਾ ਵਿੱਚ ਅੱਗੇ ਤੁਰਨ ਤੇ ਕੁਝ ਨਵਾਂ ਸੋਚਣ ਵਿਉਂਤਣ ਦੀ ਇੱਛਾ ਨਹੀਂ ਰਹਿੰਦੀ ਪਰ ਜ਼ਿੰਦਗੀ ਕਦੇ ਹਾਰੀ ਟੁੱਟੇ ਨਹੀਂ ਹੁੰਦੀ ਮਾਰੇ ਤੋਂ ਮਾਰੇ ਵਕਤਾਂ ਵਿੱਚ ਵੀ ਮਨੁੱਖ ਦੇ ਹਿਰਦੇ 'ਚ ਪਿਆਰ ਜਾਗਦਾ ਹੈ ਵਿਆਹ ਹੁੰਦੇ ਹਨ ਲੁਸ-ਲੁਸ ਕਰਦੇ ਬੱਚੇ ਜੰਮਦੇ ਹਨ ਚਾਹ ਨਾਲ ਜੀਣ ਦੇ ਹੀਲੇ ਵਸੀਲੇ ਬਹੁਤ ਹੁੰਦੇ ਹਨ ਬਸ ਜ਼ਿੰਦਗੀ ਦੇ ਉੱਚੇ ਝੂਲਦੇ ਪਰਚਮ ਨੂੰ ਧੌਣ ਚੁੱਕੇ ਵੇਖਣ ਦੀ ਲੋੜ ਹੈ ਮੀਨੀ ਵਰਦੇ ਤਾਂ ਵੀ ਫਸਲਾਂ ਸਿੰਜੀਆਂ ਜਾਂਦੀਆਂ ਹਨ ਪਾਣੀ ਦੇ ਸੋਮੇ ਜਿਸ ਤਰ੍ਹਾਂ ਬੰਦੇ ਨੇ ਲੱਭ ਲੈ ਚਾਹ ਤੇ ਉਤਸ਼ਾਹ ਦੇ ਸੋਮੇ ਵੀ ਪਛਾਣੇ ਗਏ ਹਨ ਇਹ ਸੋਮੇ ਸਾਡੇ ਅੰਦਰ ਵੀ ਹਨ ਤੇ ਆਲੇ ਦੁਆਲੇ ਵਿੱਚ ਵੀ ਤੇ ਕਿਤੋਂ ਵੀ ਇਹ ਜੀਵਨ ਰਸ ਲਿਆ ਜਾ ਸਕਦਾ ਹੈ ਚੰਗਾ ਕਰ ਸਾਰੇ ਜੀਆ ਖਾਸ ਕਰਕੇ ਬੱਚੇ ਲਈ ਉਤਸ਼ਾਹ ਦਾ ਮੁੱਖ ਸੋਮਾ ਹੁੰਦਾ ਹੈ ਸੁਗੜ ਮਾਪਿਆਂ ਲਈ ਬੱਚੇ ਦੀ ਆਮਦ ਇੱਕ ਅਨੁਭਵ ਹੁੰਦੀ ਹੈ ਉਹ ਬੱਚੇ ਨੂੰ ਆਪਣੇ ਵਿਰਸੇ ਦਾ ਫੁੱਲ ਆਪਣਾ ਭਵੇਕ ਆਪਣਾ ਵਰਤਮਾਨ ਤੇ ਘਰ ਦੀ ਰੌਣਕ ਸਮਝਦੇ ਹਨ ਘਰ ਵਿੱਚ ਬਾਲ ਕਿਲਕਾਰੀ ਸੁਣਨ ਨੂੰ ਮਿਲਦੀ ਹੈ ਤਾਂ ਕਿਸੇ ਖੇਚਲ ਨੂੰ ਖੇਚਲ ਨਹੀਂ ਮੰਨਦੇ ਉਹ ਬੱਚੇ ਲਈ ਤੇ ਬੱਚਾ ਉਹਨਾਂ ਲਈ ਸੂਰਜ ਤੇ ਸੂਰਜਮੁਖੀ ਦੋਵੇਂ ਇੱਕ ਦੂਜੇ ਨੂੰ ਅਮੀਰੀ ਬਖਸ਼ਦੇ ਹਨ ਉਤਸ਼ਾਹ ਤੇ ਚਾਚ ਦੋਵੇਂ ਉੱਡੇ ਫਿਰਦੇ ਹਨ ਬੱਚਾ ਜੀਵਨ ਦਾ ਊੜਾ ਏੜਾ ਆਪਣੀ ਮਾਪਿਆਂ ਤੋਂ ਸਿੱਖਦਾ ਹੈ ਘਰ ਤੋਂ ਸ਼ੁਰੂ ਹੋਇਆ ਅਧਿਆਪਨ ਨੂੰ ਅੱਗੇ ਤੋਰਨ ਵਾਲੇ ਅਧਿਆਪਕ ਬੱਚੇ ਦੇ ਦੂਜੇ ਮਾਪੇ ਹੁੰਦੇ ਹਨ ਪਿਆਰ ਪਰਵਾਨਗੀ ਪ੍ਰਸ਼ੰਸਾ ਤੇ ਪ੍ਰੇਰਨਾ ਦਿੰਦੇ ਮਾਪੇ ਤੇ ਅਧਿਆਪਕ ਬੱਚੇ ਨੂੰ ਜੀਵਨ ਦਾਾਨ ਦਿੰਦੇ ਹਨ ਦੋਵੇਂ ਜ਼ਿੰਦਗੀ ਦੀ ਸਮਝ ਰੱਖਦੇ ਹੋਣ ਤਾਂ ਬੱਚੇ ਨੂੰ ਜ਼ਿੰਦਗੀ ਦਾ ਪਿਆਰ ਸਿਖਾ ਸਕਦੇ ਹਨ ਉਹਦੇ ਨਜ਼ਰੀਏ ਨੂੰ ਸਿਹਤਮੰਤ ਤੇ ਸੋਚ ਭਰਿਆ ਬਣਾ ਸਕਦੇ ਹਨ ਕਿੰਨੇ ਹੀ ਮਨੁੱਖ ਜੇ ਸੁਤਸ਼ਾ ਸਦਕਾ ਮਹਾਨ ਬਣੇ ਉਹਨਾਂ ਵਿੱਚੋਂ ਇੱਕ ਜਾਂ ਦੂਜੀ ਧਿਰ ਤੋਂ ਹੀ ਹਾਸਲ ਹੁੰਦਾ ਰਿਹਾ ਗੁਰਮੁਖੀ ਦੇ ਪਹਿਲੇ ਹੀ ਅੱਖਰ ਊੜਾ ਤੋਤਸ਼ਾ ਉਮਾ ਉਲਾਸ ਉਮੰਗ ਉਮੀਦ ਜਲਾਉ ਜਾਲਾ ਉਨਤੇ ਕਿੰਨੀ ਹੀ ਪ੍ਰੇਰਨਾ ਦੇ ਰੂਪ ਸ਼ਬਦ ਬਣਦੇ ਹਨ ਬੱਚੇ ਦੇ ਮਨ ਚੇਤਨਾ ਅਧਿਆਪਕ ਨੇ ਪੈਦਾ ਕਰਨੀ ਹੈ ਬੁਲੰਦ ਹੌਸਲੇ ਤੇ ਹਿੰਮਤ ਵਾਲੇ ਲੋਕਾਂ ਦੇ ਜੀਵਨ ਪ੍ਰਸੰਗ ਅਚੁੱਕ ਪ੍ਰੇਰਨਾ ਦੇ ਸੋਮੇ ਬਣਦੀਆਂ ਚੰਗੀਆਂ ਕਿਤਾਬਾਂ ਇਤਿਹਾਸ ਮ ਇਤਿਹਾਸ ਦੀਆਂ ਉਤਸ਼ਾਹ ਜਗਾਉਂਦੀਆਂ ਗੱਲਾਂ ਇਹ ਜਾਗ ਲਾਉਣੀ ਵੀ ਅਧਿਆਪਕ ਦਾ ਜਮ ਹੈ ਮਨ ਦੀ ਜ਼ਰਖੇ ਜ਼ਮੀਨ ਤਾਂ ਹਰ ਬੀਜ ਨੂੰ ਬੂਟਾ ਬਣਾਉਂਦੀ ਹੈ ਇਹ ਬੀਜ ਚਾਹੇ ਕਿਸੇ ਫੁੱਲ ਜਾਂ ਫਲਦਾਰ ਬੂਟੇ ਦਾ ਹੋਵੇ ਭਾਵੇਂ ਆੜਕ ਬਾੜ ਦਾ ਇਸ ਲਈ ਮਨ ਦੀ ਮਿੱਟੀ ਚ ਨਰੋਇਆਂ ਉਤਸ਼ਾਹ ਭਰਪੂਰ ਗੱਲਾਂ ਦੇ ਬੀਜ ਬੀਜੇ ਜਾਣੇ ਚਾਹੀਦੇ ਹਨ ਬੱਚੇ ਹੀ ਨਹੀਂ ਵੱਡੇ ਵੀ ਉਤਸ਼ਾਹ ਨਾਲ ਭਰ ਜਾਂਦੇ ਹਨ ਜੇ ਪ੍ਰੇਰਣਾ ਮਿਲੇ ਜਿਸ ਪਾਸਿਓ ਸਾਡੀਆਂ ਸਰੀਰਕ ਤੇ ਮਾਨਸਿਕ ਲੋੜਾਂ ਪੂਰੀਆਂ ਹਨ ਅਸੀਂ ਉਸੇ ਪਾਸੇ ਪ੍ਰੇਰੇ ਜਾਂਦੇ ਹਾਂ ਦਰਖਤਾਂ ਦੀਆਂ ਜੜ੍ਹਾਂ ਵੀ ਉਧਰ ਨੂੰ ਵੱਧੀਆਂ ਹਨ ਜਿੱਧਰੋਂ ਖੁਰਾਕ ਮਿਲਦੀ ਹੈ ਤੇ ਟਾਣੇ ਉਸ ਪਾਸੇ ਨੂੰ ਵੱਧਦੇ ਹਨ ਜਿਸ ਪਾਸੇ ਰੌਸ਼ਨੀ ਮਿਲਦੀ ਹੈ ਤੇ ਵਧਣ ਦੇ ਮੌਕੇ ਮਿਲਦੇ ਹਨ ਇਨਾਮ ਸਨਮਾਨ ਤਰੱਕੀਆਂ ਤੇ ਸੁਵਿਧਾਵਾਂ ਲੈਣ ਲਈ ਲੋਕ ੱਡੀ ਚੋਟੀ ਦਾ ਜ਼ੋਰ ਲਾ ਦਿੰਦੇ ਹਨ ਖਾਲੀ ਹੱਥ ਮੋਹ ਨੂੰ ਨਹੀਂ ਜਾਂਦਾ ਨੌਕਰੀਆਂ 'ਚ ਅਹੁਦੇ ਵੱਧਦੇ ਹਨ ਕਾਰੋਬਾਰ ਮੁਨਾਫਾ ਦਿੰਦੇ ਹਨ ਖੁਸ਼ਹਾਲੀ ਦੀ ਲੋ ਸਾਹਮਣੇ ਦਿਸਦੀ ਹੈ ਤਾਂ ਲੋਕ ਆਪਣੀਆਂ ਸ਼ਕਤੀਆਂ ਨੂੰ ਇਕਾਗਰ ਕਰਕੇ ਤੀਰ ਵਾਂਗ ਸਿੱਧੇ ਚੱਲਦੇ ਹਨ ਕਹੂ ਚੁੰਗੀਆਂ ਵਰਦੇ ਹਨ ਮਨੁੱਖ ਨੂੰ ਪ੍ਰੇਰਨਾ ਕਿਤੋਂ ਵੀ ਮਿਲ ਸਕਦੀ ਹੈ ਬਸ ਮਨ ਚਾਤ੍ਰਿਕ ਹੋਣਾ ਚਾਹੀਦਾ ਸਿੱਖ ਰਖਦਾ ਬੇਬਲ ਭਾਈ ਲੈਣਾ ਜੀ ਗੁਰੂ ਨਾਨਕ ਦੇਵ ਜੀ ਦੇ ਰਚੇ ਸ਼ਬਦ ਤੋਂ ਪ੍ਰੇਰਿਤ ਹੋਏ ਉਸੇ ਰੰਗ ਚ ਰੰਗੇ ਗਏ ਪਿੱਛੋਂ ਗੁਰੂ ਅੰਗਦ ਦੇ ਰੂਪ ਚ ਪ੍ਰੇਰਨਾ ਦੇ ਸੋਮੇ ਬਣ ਗਏ ਲਿੰਕਨ ਦੀ ਕਾਇਆ ਕਲਪ ਜਾਰਜ ਵਿਸ਼ਿੰਗਟਨ ਦੀ ਜੀਵਨੀ ਨੇ ਕੀਤੀ ਰਾਜਾ ਬਰੂਸ ਨੂੰ ਮੱਕੜੀ ਦੇ ਇੱਕ ਕੀੜੇ ਤੋਂ ਪ੍ਰੇਰਣਾ ਮਿਲੀ ਸੰਸਾਰ ਦੇ ਕਲਾਸਿਕ ਗ੍ਰੰਥਾਂ ਨੇ ਅਣਗਿਣਤ ਲੋਕਾਂ ਨੂੰ ਬਰਾਬਰ ਉਤਸ਼ਾਹ ਦਿੱਤਾ ਆਪਣੇ ਉਤਸ਼ਾਹ ਨੂੰ ਲਟਾ ਲਟ ਬਲਦਾ ਰੱਖਣ ਲਈ ਹਰ ਮਨੁੱਖ ਨੂੰ ਸਪਸ਼ਟ ਹੋਣ ਦੀ ਲੋੜ ਹੁੰਦੀ ਹੈ ਕਿ ਉਹ ਕਿਹੜੇ ਪਾਸੇ ਯਤਨ ਲੁੱਟ ਜੁਟਾ ਰਿਹਾ ਹੈ ਉਥੋਂ ਦੀ ਲੱਭਤ ਕੀ ਹੋਏਗੀ ਦਿਸ਼ਾਹੀਣਤਾ ਵਿੱਚ ਉਤਸ਼ਾਹ ਦੀ ਚੰਗਿਆੜੀ ਬੁੱਝ ਜਾਂਦੀ ਹੈ ਜ਼ਿੰਦਗੀ ਦੇ ਵਕਫ ਵਕ ਪੜਾਵਾਂ ਤੇ ਮਨੁੱਖ ਆਪਣੇ ਟੀਚੇ ਮਿੱਥਦਾ ਹੈ ਕਿਸੇ ਕੰਮ ਕਿਤੇ ਜੋਗਾ ਹੋਣਾ ਘਰ ਬਸੋਣਾ ਘਰ ਬਣਾਉਣਾ ਬੱਚਿਆਂ ਦੀ ਪੜ੍ਹਾਈ ਤਰੱਕੀ ਆਦ ਇਹ ਟੀਚੇ ਪੂਰੇ ਵੀ ਹੁੰਦੇ ਹਨ ਅਧੂਰੇ ਵੀ ਰਹਿ ਜਾਂਦੇ ਹਨ ਜੀਵਨ ਚੱਕਰ ਚੱਲਦਾ ਰਹਿੰਦਾ ਹੈ ਤਸੱਲੀ ਦੇ ਝਟਕਣ ਕੁਝ ਤਾਂ ਪ੍ਰਾਪਤੀਆਂ ਤੇ ਅਪ੍ਰਾਪਤੀਆਂ ਤੇ ਨਿਰਭਰ ਕਰਦੇ ਹਨ ਕੁਝ ਇਹਨਾਂ ਦੇ ਮਾਨੇ ਕੱਢਣ ਉੱਤੇ ਬੁੱਢੇਵਾਰੇ ਸ਼ਕਤੀਆਂ ਖੁੱਟਣ ਲੱਗਦੀਆਂ ਹਨ ਬੱਚੇ ਬਲਗ ਹੋ ਕੇ ਮਾਪਿਆਂ ਦਾ ਆਲਣਾ ਛੱਡ ਦਿੰਦੇ ਹਨ ਕਿਤੇ ਹੋਰ ਆਪਣਾ ਆਲਣਾ ਪਾਉਣ ਲਈ ਉਦਾਸ ਤੇ ਪਰੇਸ਼ਾਨ ਹੋਣ ਲਈ ਕੋਰਵੀ ਬੜਾ ਕੁਝ ਹੁੰਦਾ ਹੈ ਐ ਪਰ ਆਪਣਾ ਧਿਆਨ ਉਸ ਖੂਬਸੂਰਤੀ ਵੱਲ ਹੋਣਾ ਜ਼ਰੂਰੀ ਹੈ ਜੋ ਜ਼ਿੰਦਗੀ ਦੇ ਹਰ ਪੈਰ 'ਚ ਹੁੰਦੀ ਹੈ ਸਾਂਝ ਦੇ ਲੋ ਵਿੱਚ ਵੀ ਜ਼ਿੰਦਗੀ ਹੈ ਕਿ ਇਹਦੇ ਹਰ ਪੜਾ ਤੇ ਬਹੁਤ ਕੁਝ ਦਿਲਕਸ਼ ਵਾਪਰਦਾ ਹੈ ਨਿੱਕੀਆਂ ਨਿੱਕੀਆਂ ਯੋਜਨਾਵਾਂ ਬਣਾਉਂਦੀ ਸੰਭਾਵਨਾ ਹਮੇਸ਼ਾ ਰਹਿੰਦੀ ਹੈ ਯੋਜਨਾ ਦਾ ਮਤਲਬ ਹੈ ਆਪਣੇ ਵਰਤਮਾਨ ਨੂੰ ਭਵਿੱਖ ਨਾਲ ਜੋੜਨਾ ਆਸਵੰਦ ਹੋਣਾ ਆਸਵੰਦ ਹੋਣਾ ਵੀ ਚਾਹ ਨਾਲ ਪਰਣਾ ਹੈ ਜ਼ਿੰਦਗੀ ਦੀਆਂ ਤਬਦੀਲੀਆਂ ਦੇ ਸਨਮੁਖ ਜਿਉਣ ਦਾ ਮਕਸਦ ਬਰਾਬਰ ਖੋਜਦੇ ਤੇ ਮਿੱਥਦੇ ਰਹਿਣਾ ਵੀ ਉਤਸ਼ਾਹ ਨਾਲ ਜੀਣ ਦੀ ਇੱਕ ਜੁਗਤ ਹੈ ਆਖਰ ਸੈਰ ਨੂੰ ਜਾਣ ਵਾਲੇ ਵੀ ਕੋਈ ਦਿਸ਼ਾ ਤੇ ਨਿਸ਼ਾਨਾ ਮਿੱਥੀ ਲੈਂਦੇ ਹੈ ਧੰਨਵਾਦ